ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ। ਮੈਂ ਹਾਂ ਅਵਨੀਤ ਸਿੰਘ ਤੇਜਾ। ਸਾਡੇ ਇਸ ਪ੍ਰੋਗਰਾਮ ਵਿੱਚ ਅਸੀਂ ਵੱਖ ਵੱਖ ਕਿੱਤਿਆਂ ਦੇ ਮਾਹਿਰਾਂ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਤਾਂ ਕਿ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ। ਹੁਣ ਜੇ ਅਸੀਂ ਅੱਜ ਦੇ ਦੌਰ ਦੀ ਗੱਲ ਕਰੀਏ, ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਤਾਂ ਸਭ ਤੋਂ ਵੱਧ ਚਿੰਤਾਜਨਕ ਵਿਸ਼ਾ ਜਿਹੜਾ ਉਸ ਵਿੱਚ ਇੱਕ ਜਿਹੜੀ ਗੱਲ ਆਉਂਦੀ ਹੈ ਕਿ ਅਸੀਂ ਆਪਣੀ ਸਿਹਤ ਪ੍ਰਤੀ ਆਮ ਤੌਰ 'ਤੇ ਅਵੇਸਲੇ ਰਹਿ ਜਾਂਦੇ ਹਾਂ। ਉਹਦੇ ਵਿੱਚੋਂ ਵੀ ਜਦੋਂ ਅਸੀਂ ਓਰਲ ਹੈਲਥ ਦੀ ਗੱਲ ਕਰਦੇ ਹਾਂ, ਆਪਣੇ ਮੂੰਹ ਦੀ, ਜਬਾੜੇ ਦੀ, ਦੰਦਾਂ ਦੀ ਗੱਲ ਕਰਦੇ ਹਾਂ, ਉਹਦੇ ਬਾਰੇ ਵੀ ਅਸੀਂ ਕੋਈ ਜ਼ਿਆਦਾ ਧਿਆਨ ਨਹੀਂ ਦਿੰਦੇ। ਅਜਿਹਾ ਧਿਆਨ ਨਾ ਦੇਣਾ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਦਿੰਦਾ। ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ਸੰਭਾਲ ਆਪਣੇ ਦੰਦਾਂ ਦੀ, ਇਹ ਤਾਂ ਤੁਹਾਨੂੰ ਕਈ ਜਗ੍ਹਾ ਤੋਂ ਪਤਾ ਲੱਗ ਜਾਵੇਗਾ, ਪਰ ਤੁਸੀਂ ਸ਼ਾਇਦ ਇਸ ਤਰ੍ਹਾਂ ਨਹੀਂ ਦੇਖਿਆ ਹੋਵੇਗਾ ਕਿ ਇਹ ਜਿਹੜੀ ਸੇਵਾ ਹੈ, ਤੁਹਾਡੀ ਦੰਦਾਂ ਦੀ ਸੰਭਾਲ ਦੀ ਸੇਵਾ, ਉਹ ਤੁਹਾਡੇ ਬਰੂਹਾਂ ਤੱਕ ਚੱਲ ਕੇ ਵੀ ਆ ਜਾਂਦੀ ਹੈ। ਜੀ ਹਾਂ, ਬਿਲਕੁਲ ਇਸ ਤਰ੍ਹਾਂ ਦੇ ਮਹਿਮਾਨ, ਖਾਸ ਮਹਿਮਾਨ ਮੇਰੇ ਨਾਲ ਨੇ ਬਲਬੀਰ ਸੋਹੀ ਜੀ, ਜੋ ਕਿ ਤੁਹਾਡੇ ਘਰ ਤੱਕ ਪਹੁੰਚ ਕੇ ਤੁਹਾਡੇ ਦੰਦਾਂ ਦਾ ਇਲਾਜ ਤੱਕ ਕਰ ਸਕਦੇ ਆ। ਸੋਹੀ ਜੀ, ਤੁਹਾਡਾ ਸਵਾਗਤ। ਥੈਂਕ ਯੂ ਜੀ, ਤੇ ਸਾਰੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਸਮਾਈਲ ਔਨ ਵੀਲਸ। ਹਾਂਜੀ, ਯਾਨੀ ਕਿ ਤੁਸੀਂ ਇੱਕ ਵੈਨ ਅਜਿਹੀ ਤਿਆਰ ਕੀਤੀ ਹੈ ਜੋ ਤੁਸੀਂ ਲੋਕਾਂ ਦੇ ਘਰਾਂ ਤੱਕ ਜਾ ਕੇ ਉਹਨਾਂ ਦੇ ਬਾਹਰ ਖੜੇ ਹੋ ਕੇ ਉੱਥੇ ਹੀ ਤੁਸੀਂ ਦੰਦ ਸਾਫ਼ ਕਰ ਦਿੰਦੇ ਹੋ। ਸਭ ਤੋਂ ਪਹਿਲਾਂ ਉਹਦੇ ਬਾਰੇ ਦੱਸੋ ਤੁਸੀਂ। ਸਮਾਈਲਸ ਔਨ ਵੀਲਸ, ਆਈ ਐਮ ਪ੍ਰਾਊਡ ਟੂ ਸੇ ਕਿ ਆਮ ਦਾ ਫਸਟ ਵਨ ਇਨ ਨੌਰਥ ਅਮੈਰੀਕਾ ਜਿਹਨੇ ਸ਼ੁਰੂ ਕੀਤਾ ਹੈਗਾ। ਅਤੇ ਅਗੇਨ ਉਹੀ ਕਮਿਊਨਿਟੀ ਦੀ ਜਿਹੜੀ ਨੀਡ ਹੈਗੀ ਆ ਕਿ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਅਸੀਂ ਅਵੇਸਲੇ ਹੋ ਜਾਂਦੇ ਹਾਂ, ਅਤੇ ਹਮੇਸ਼ਾ ਸਾਡੇ ਕੋਲ ਇੱਕ ਬਹਾਨਾ ਹੁੰਦਾ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਸਾਡੀ ਆਪਣੀ ਸਿਹਤ, ਉਹਨੂੰ ਅਸੀਂ ਅੱਖੋਂ ਪਰੋਖੀ ਕਰ ਦਿੰਦੇ ਹਾਂ ਅਤੇ ਉਹ ਸਾਡਾ ਲਾਸਟ ਮਿਨਟ ਦੇ ਉੱਤੇ ਅਸੀਂ ਉਹਦੇ ਬਾਰੇ ਸੋਚਦੇ ਹਾਂ। ਸੋ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਸ਼ੁਰੂ ਕੀਤਾ ਗਿਆ ਸਮਾਈਲਸ ਔਨ ਵੀਲਸ। ਇਹਦੇ ਵਿੱਚ ਸਾਨੂੰ ਇੱਕ ਪਾਰਕਿੰਗ ਸਪੋਟ ਚਾਹੀਦਾ ਹੈਗਾ ਤੁਹਾਡੇ ਘਰ ਦੇ ਬਾਹਰ, ਜਾਂ ਫਿਰ ਈਵਨ ਤੁਹਾਡੇ ਕੰਮ 'ਤੇ ਅਗਰ ਲੰਚ ਟਾਈਮ ਦੇ ਦੌਰਾਨ ਤੁਹਾਡੇ ਕੋਲ 45 ਮਿੰਟਸ ਜਾਂ ਇੱਕ ਘੰਟਾ ਹੈਗਾ, ਸੋ ਉਸ ਟਾਈਮ ਦੇ ਉੱਪਰ ਆ ਕੇ ਵੀ ਅਸੀਂ ਤੁਹਾਡੇ ਲੰਚ ਟਾਈਮ ਦੇ ਉੱਤੇ, ਤਾਂ ਜੋ ਤੁਹਾਡਾ ਟਾਈਮ ਵੇਸਟ ਨਾ ਹੋਵੇ, ਉੱਥੇ ਆ ਕੇ ਵੀ ਦੰਦ ਸਾਫ਼ ਕਰ ਸਕਦੇ ਹੈਗੇ ਹਾਂ। ਸੋ ਇਹ ਇੱਕ ਟਰੱਕ ਕਨਵਰਟ ਕੀਤਾ ਗਿਆ ਜਿਹਦੇ ਅੰਦਰ ਉਸੇ ਤਰ੍ਹਾਂ ਡੈਂਟਲ ਚੇਅਰ ਹੈਗੀ ਆ, ਲਾਈਟ ਹੈਗੀ ਹੈ, ਟੀ ਵੀ ਲੱਗਿਆ ਹੋਇਆ, ਛੋਟਾ ਜਿਹਾ ਵੇਟਿੰਗ ਏਰੀਆ ਵੀ ਹੈਗਾ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਂਦਾ ਹੈ। ਸੋ ਟੂ ਮੇਕ ਯੋਰ ਲਾਈਫ ਮੋਰ ਈਜ਼ੀਅਰ, ਮੈਂ ਕਹਾਂਗੀ ਕਿ ਉਹਨੂੰ ਮੁੱਦੇ ਨਜ਼ਰ ਰੱਖਦੇ ਇਹ ਸ਼ੁਰੂ ਕੀਤਾ ਗਿਆ। ਜਦੋਂ ਪਹਿਲੀ ਵਾਰ ਸੋਚਿਆ ਜਾਂਦਾ, ਕਿਉਂਕਿ ਅਕਸਰ ਅਸੀਂ ਜਦੋਂ ਅਪਾਇੰਟਮੈਂਟ ਲੈ ਕੇ ਜਾਂਦੇ ਹਾਂ, ਖਾਸ ਕਰਕੇ ਡੈਂਟਿਸਟ ਦੇ ਕੋਲ ਅਸੀਂ ਜਾਂਦੇ ਹਾਂ ਕਿ ਦੰਦਾਂ ਦੀ ਕੋਈ ਥੋੜ੍ਹੀ ਬਹੁਤ ਸਫਾਈ ਕਰਾਉਣੀ ਜਾਂ ਹੋਰ ਕੁਛ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹ ਕਰਵਾਉਣੀਆਂ ਨੇ, ਅਤੇ ਅਪਾਇੰਟਮੈਂਟ ਲੈ ਕੇ ਵੇਟਿੰਗ ਟਾਈਮ ਕਿੰਨਾ ਕਿੰਨਾ ਹੁੰਦਾ, ਫਿਰ ਉਹ ਸਰਵਿਸ ਵੀ ਮਹਿੰਗੀ ਹੁੰਦੀ ਹੈ। ਅਤੇ ਫਿਰ ਜਦੋਂ ਤੁਹਾਡੇ ਮਨ ਦੇ ਵਿੱਚ ਇਹ ਆਈਡੀਆ ਆਇਆ ਕਿ ਹਾਂ ਮੈਂ ਲੋਕਾਂ ਤੱਕ ਕਿਵੇਂ ਪਹੁੰਚਾਂ, ਇਹ ਕਿੱਥੋਂ ਆਇਆ ਆਈਡੀਆ, ਕਲਿੱਕ ਕਿੱਥੋਂ ਕੀਤਾ? ਕਈ ਵਾਰੀ ਕੀ ਹੁੰਦਾ ਹੈਗਾ ਕਿ ਕਈ ਲੋਕ ਨੇ ਜਿਹੜੇ ਜਾਣਾ ਚਾਹੁੰਦੇ ਨੇ, ਸਾਡੇ ਸੀਨੀਅਰਸ ਨੇ ਸਪੈਸ਼ਲੀ ਵਿੰਟਰ ਦੇ ਵਿੱਚ ਟੈਂਪਰੇਚਰ ਇੰਨਾ ਘੱਟ ਹੁੰਦਾ ਜਾਂ ਰਾਈਡ ਨਹੀਂ ਹੁੰਦੀ ਹੈਗੀ, ਜਾਂ ਕਈ ਇੱਦਾਂ ਦੇ ਸੀਨੀਅਰਸ ਹੈਗੇ ਨੇ ਜਿਹੜੇ ਬੈੱਡ ਰਿਡਨ ਨੇ, ਉਹਨਾਂ ਨੂੰ ਕੋਈ ਵੀ ਸਰਵਿਸ ਡੈਂਟਲ ਦੇ ਰਿਲੇਟਡ ਅਵੇਲੇਬਲ ਨਹੀਂ ਸੀਗੀ। ਦੇਰ ਵਰ ਵੈਰੀ ਫਿਊ ਹਾਈਜੈਨਿਸਟ ਜਿਹੜੀਆਂ ਕਿ 2007 ਤੋਂ ਬਾਅਦ ਜਿਨ੍ਹਾਂ ਨੇ ਸ਼ੁਰੂ ਕੀਤਾ, 2007 ਦੇ ਵਿੱਚ ਇਹ ਰੈਗੂਲੇਟ ਕੀਤਾ ਗਿਆ ਕਿ ਡੈਂਟਲ ਹਾਈਜੈਨਿਸਟ ਆਪਣਾ ਇੰਡੀਪੈਂਡੈਂਟ ਕਲੀਨਿਕ ਖੋਲ੍ਹ ਸਕਦੇ ਨੇ ਜਾਂ ਆਪਣਾ ਇੰਡੀਪੈਂਡੈਂਟ ਕੰਮ ਕਰ ਸਕਦੇ ਨੇ ਡੈਂਟਿਸਟ ਤੋਂ ਬਿਨਾਂ। ਸੋ ਦੈਟਸ ਵੇਅਰ ਵੀ ਕੇਮ ਇਨ ਟੂ ਦਾ ਪਲੇ। ਪ੍ਰੀਵੈਂਸ਼ਨ ਦੇ ਵਿੱਚ ਇਹੋ ਜਿਹਾ ਕੁਛ ਵੀ ਨਹੀਂ ਸੀਗਾ ਕਿ ਜਿਹੜਾ ਸੀਨੀਅਰਸ ਨੂੰ ਜਾ ਕੇ ਕੀਤਾ ਜਾਵੇ, ਟ੍ਰੀਟਮੈਂਟ ਦਿੱਤੀ ਜਾਵੇ, ਜਾਂ ਅਗਰ ਉਹਨਾਂ ਨੂੰ ਲੋੜ ਹੈਗੀ ਉਦੋਂ ਕੀਤਾ ਜਾਵੇ। ਨਿਊਲੀ ਜਿਹੜੀਆਂ ਮਦਰਸ ਹੈਗੀਆਂ ਨੇ ਨਹੀਂ ਜਾ ਸਕਦੀਆਂ ਬਾਹਰ, ਜਾਂ ਕਈ ਯੰਗ ਚਿਲਡਰਨ ਹੈਗੇ ਨੇ। ਸੋ ਦੇਰ ਵਾਜ਼ ਅ ਬਿਗ ਨੀਡ ਇਨ ਦਾ ਕਮਿਊਨਿਟੀ, ਇੱਕ ਸਪੈਸੀਫਿਕ ਪੋਕਿਟ ਹੈਗੀ ਆ ਜਿਹਨੂੰ ਕਿਤੋਂ ਵੀ ਇਹ ਸਰਵਿਸ ਨਹੀਂ ਸੀ ਮਿਲ ਸਕਦੀ। ਸੋ ਬੀਇੰਗ ਅ ਮਦਰ ਮਾਈਸੈਲਫ, ਦੋ ਛੋਟੇ ਬੱਚੇ ਹੈਗੇ ਨੇ, ਸੋ ਆਈ ਆਲਵੇਜ਼ ਯੂਜ਼ ਟੂ ਥਿੰਕ ਕਿ ਮੈਂ ਬੱਚਿਆਂ ਨੂੰ ਤੁਸੀਂ ਰੈਡੀ ਕਰੋ, ਲੈ ਕੇ ਜਾਓ, ਅਤੇ ਫਿਰ ਵੇਟਿੰਗ ਏਰੀਆ ਦੇ ਵਿੱਚ ਇੱਕ ਬੱਚੇ ਦਾ ਡਨ ਕਰਨ ਤੋਂ ਬਾਅਦ ਜੋ ਦੂਸਰਾ ਬੱਚਾ ਵੇਟ ਕਰਦਾ, ਦੇ ਗਿਵ ਯੂ ਅ ਹਾਰਡ ਟਾਈਮ, ਕਦੋਂ ਡਨ ਹੋਏਗਾ, ਆਰ ਵੀ ਡਨ ਯੈਟ। ਸੋ ਉਹ ਸਾਰੇ ਨੂੰ ਦੇਖਦੇ ਦੇਖਦੇ ਆਈ ਫੈਲਟ ਕਿ ਦੇਰ ਸ਼ੁੱਡ ਬੀ ਸਮਥਿੰਗ ਦੈਟ ਵੀ ਕੈਨ ਡੂ ਕਿ ਤੁਹਾਡੇ ਘਰ ਪਹੁੰਚਿਆ ਜਾਵੇ, ਇਸ ਚੀਜ਼ ਨੂੰ ਈਜ਼ੀ ਕੀਤਾ ਜਾਵੇ। ਸੋ ਦੈਟਸ ਵੇਅਰ ਆਈ ਸਟਾਰਟਡ। ਐਂਡ ਸੈਕਿੰਡ ਚੀਜ਼ ਸੀਗੀ ਸਾਡੀ ਕਮਿਊਨਿਟੀ ਦੇ ਵਿੱਚ ਐਜੂਕੇਸ਼ਨ। ਮੈਂ 2002 ਤੋਂ ਇਸ ਡੈਂਟਲ ਫੀਲਡ ਦੇ ਵਿੱਚ ਕੰਮ ਕਰ ਰਹੀ ਹਾਂ, ਅਤੇ ਜਦੋਂ ਵੀ ਡੈਂਟਿਸਟ ਆਫਿਸ ਦੇ ਵਿੱਚ ਲੋਕ ਆਉਂਦੇ ਸੀਗੇ ਤਾਂ ਮੇਨ ਇਹੀ ਹੁੰਦਾ ਸੀਗਾ ਕਿ ਜਾਂ ਤਾਂ ਟਾਈਮ ਨਹੀਂ ਹੈ ਅਤੇ ਨਾਲ ਐਜੂਕੇਸ਼ਨ ਵੀ ਨਹੀਂ ਹੈਗੀ ਕਿ ਜੇ ਅਸੀਂ ਇੰਡੀਆ ਦੇ ਵਿੱਚ ਇਹ ਪ੍ਰੀਵੈਂਸ਼ਨ ਜਿਹੜੀ ਹੈਗੀ ਆ ਉਹ ਨਹੀਂ ਹੈਗੀ। ਪ੍ਰੀਵੈਂਟਿਵ ਡੈਂਟਲ ਹਾਈਜੀਨ ਕੇਅਰ ਬਿਲਕੁਲ ਨਹੀਂ ਹੈ, ਜਦੋਂ ਜਾੜ ਦੁਖਦੀ ਹੈ ਤੁਸੀਂ ਜਾਂਦੇ ਹੋ ਅਤੇ ਉਹਦੀ ਟ੍ਰੀਟਮੈਂਟ ਕਰਵਾਉਂਦੇ ਹੋ। ਸੋ ਆਈ ਵਾਂਟ ਟੂ ਐਜੂਕੇਟ ਮਾਈ ਕਮਿਊਨਿਟੀ ਕਿ ਜਿਹੜੀ ਓਰਲ ਹੈਲਥ ਹੈਗੀ ਆ ਉਹ ਪੂਰੀ ਬਾਡੀ ਦੇ ਨਾਲ ਕਿੰਨੀ ਜ਼ਿਆਦਾ ਕਨੈਕਟਡ ਹੈਗੀ ਆ। ਐਂਡ ਅਗੇਨ ਗੋਇੰਗ ਬੈਕ ਟੂ ਮਾਈ ਓਨ ਪਰਸਨਲ ਐਕਸਪੀਰੀਅੰਸ ਵਿਦ ਮਾਈ ਮਦਰ, ਮੇਰੇ ਮਦਰ ਨੂੰ ਡਾਇਬਟੀਜ਼ ਹੈਗੇ ਨੇ ਟਾਈਪ 2, ਅਤੇ ਉਹਨਾਂ ਦੇ ਲੇਟ 40s ਦੇ ਵਿੱਚ ਸਾਰੇ ਦੰਦ ਨਿਕਲ ਗਏ ਸੀਗੇ। ਅੱਛਾ ਜੀ। ਕਿਉਂਕਿ ਉਹਨਾਂ ਨੇ ਕਦੇ ਦੰਦ ਸਾਫ਼ ਨਹੀਂ ਸੀ ਕਰਾਏ, ਐਂਡ ਸ਼ੀ ਨੈਵਰ ਨਿਊ ਦੀ ਕਨੈਕਸ਼ਨ ਬਿਟਵੀਨ ਓਰਲ ਹੈਲਥ ਐਂਡ ਡਾਇਬਟੀਜ਼। ਸੋ
ਜਦੋਂ ਮੈਂ ਉਹ ਸਾਰਾ ਪੜ੍ਹਿਆ ਤਾਂ ਮੈਨੂੰ ਲੱਗਿਆ ਕਿ ਮੈਨੂੰ ਕੁਛ ਕਰਨਾ ਚਾਹੀਦਾ ਇਹਦੇ ਬਾਰੇ, ਮੈਨੂੰ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਚਾਹੀਦਾ। ਅਤੇ ਉਹ ਐਜੂਕੇਸ਼ਨ ਦੇ ਵਿੱਚ ਫਿਰ ਡੈਂਟਲ ਆਫਿਸ 'ਚ ਕੰਮ ਕਰਦੇ ਕਈ ਵਾਰੀ ਤੁਹਾਡੇ ਕੋਲ ਪੂਰਾ ਟਾਈਮ ਨਹੀਂ ਹੁੰਦਾ, ਐਂਡ ਇਨ ਦਿਸ ਮੋਬਾਈਲ ਸੈਟਿੰਗ ਜਦੋਂ ਤੁਸੀਂ ਪੂਰੀ ਫੈਮਲੀ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਪ੍ਰੋਪਰ ਡਿਸਕਸ਼ਨ ਕਰਦੇ ਹੋ ਕਿ ਤੁਹਾਨੂੰ ਜਿਹੜੀਆਂ ਓਰਲ ਹਾਈਜੀਨ ਕੇਅਰ ਦੀਆਂ ਚੀਜ਼ਾਂ ਨੇ, ਬ੍ਰਸ਼ਿੰਗ ਹੈ, ਫਲਾਸਿੰਗ ਹੈ, ਕਿਹੜੇ ਟਾਈਮ 'ਤੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈਗੀ ਆ, ਸੋ ਆਈ ਫੈਲਟ ਕਿ ਉਹਦਾ ਇੰਪੈਕਟ ਜ਼ਿਆਦਾ ਹੋ ਰਿਹਾ ਹੈਗਾ, ਐਂਡ ਦੈਟਸ ਵੇਅਰ ਆਈ ਸਟਾਰਟਡ ਦਿਸ ਹੋਲ ਨਿਊ ਬਿਜ਼ਨਸ ਇਨ ਦੈਟ। ਜੀ, ਇਹ ਤਾਂ ਅੱਗੇ ਪਹੁੰਚਣ ਦਾ ਤੁਸੀਂ ਦੱਸਿਆ ਕਿਵੇਂ ਪਹੁੰਚ ਸਕਦੇ ਹੋ। ਜਦੋਂ ਤੁਸੀਂ ਪਹਿਲੀ ਵਾਰ ਇਹ ਵੈਨ ਜਿਹੜੀ ਖਾਸ ਵੈਨ ਜਿਹੜੀ ਬਣਵਾਈ ਸੀਗੀ, ਉਦੋਂ ਤੁਹਾਨੂੰ ਲੱਗਿਆ ਸੀਗਾ ਕਿ ਹਾਂ ਲੋਕਾਂ ਵੱਲੋਂ ਰਿਸਪੋਂਸ ਮਿਲੇਗਾ, ਜਾਂ ਕਿਸ ਤਰ੍ਹਾਂ ਦਾ ਰਿਸਪੋਂਸ ਸ਼ੁਰੂ 'ਚ ਮਿਲਿਆ ਲੋਕਾਂ ਵੱਲੋਂ? ਕੋਈ ਵੀ ਨਵੀਂ ਚੀਜ਼ ਜਿਹੜੀ ਆਉਂਦੀ ਹੈਗੀ ਆ, ਅਗਰ ਅਸੀਂ ਕਿਸੇ ਵੱਡੀ ਕੰਪਨੀ ਦਾ ਵੀ ਨਾਂ ਲਈਏ ਤਾਂ ਅਸੀਂ ਊਬਰ ਵੱਲ ਦੇਖੀਏ, ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਬੜੀ ਹੌਚ ਪੌਚ ਹੁੰਦੀ ਹੈ। ਕੋਈ ਵੀ ਬਿਜ਼ਨਸ ਤੁਸੀਂ ਬਿਲਕੁਲ ਨਵਾਂ ਬ੍ਰੈਂਡ ਨਿਊ ਆਈਡੀਆ ਸ਼ੁਰੂ ਕਰਦੇ ਹੋ, ਇਟ ਟੇਕਸ ਅ ਲੋਟ ਟੂ ਬ੍ਰੈਂਡ ਦੈਟ, ਸਪੈਸ਼ਲੀ ਮੀ ਬੀਇੰਗ ਐਨ ਇਮੀਗ੍ਰੈਂਟ ਅਤੇ ਥਿੰਕਿੰਗ ਆਊਟ ਆਫ ਦ ਬਾਕਸ ਐਂਡ ਬ੍ਰਿੰਗਿੰਗ ਦਿਸ ਇਨ ਟੂ ਦ ਕਨੇਡੀਅਨ ਇੰਡਸਟਰੀ, ਡੈਂਟਲ ਇੰਡਸਟਰੀ ਜਿਹੜੀ ਕਿ ਬਹੁਤ ਹੀ ਵੈਲ ਇਸਟੈਬਲਿਸ਼ਡ ਹੈਗੀ ਹੈ, ਅਤੇ ਸੈਕਿੰਡਲੀ ਇੱਕ ਇੰਨੇ ਨਵੇਂ ਆਈਡੀਏ ਨੂੰ ਲੋਕਾਂ ਦੇ ਵਿੱਚ ਇਹਨੂੰ ਲੈ ਕੇ ਆਉਣਾ ਕਿ ਉਹ ਇਸ ਚੀਜ਼ ਨੂੰ ਅਕਸੈਪਟ ਕਰਨ, ਹੈ ਨਾ, ਉਹ ਵੀ ਇੱਕ ਬੜਾ ਵੱਡਾ ਚੈਲੰਜ ਸੀਗਾ, ਕਿਉਂਕਿ ਉਹ ਸੀਗਾ ਕਿ ਇਹੋ ਜਿਹੀ ਚੀਜ਼ ਕਦੇ ਦੇਖੀ ਨਹੀਂ ਹੈ, ਆਰ ਯੂ ਲੀਗਲੀ ਅਲਾਊਡ ਟੂ ਡੂ ਦੈਟ, ਦ ਕ੍ਰੈਡੀਬਿਲਿਟੀ ਵਾਜ ਨੋਟ ਦੇਅਰ। ਸੋ ਉਹ ਜਦੋਂ ਮੈਂ ਆਪਣਾ CBC ਡਰੈਗਨਸ ਦੇ ਅੰਦਰ ਸ਼ੁਰੂ ਕੀਤਾ ਉਹਦੇ ਤੋਂ ਬਾਅਦ ਮਿਲਿਆ, ਇਟ ਵਾਜ਼ ਅ ਬਿਗ ਚੈਲੰਜ ਫੋਰ ਮੀ। ਬਹੁਤ ਲੋਕ ਸੋਚਦੇ ਨੇ ਜਾਂ ਮੈਨੂੰ ਪੁੱਛਦੇ ਵੀ ਨੇ ਕਿ ਇਜ਼ ਇਟ ਅ ਗੁੱਡ ਮਨੀ, ਐਟ ਦੈਟ ਟਾਈਮ ਮੈਂ ਕਹਾਂਗੀ ਕਿ ਆਈ ਵਾਜ਼ ਮੇਕਿੰਗ ਰੀਅਲੀ ਗੁੱਡ ਇਨ ਅ ਡੈਂਟਲ ਆਫਿਸ, ਇਟ ਵਾਜ਼ ਅ ਬਿਗ ਚੈਲੰਜ ਫੋਰ ਫਸਟ 2 ਈਅਰਸ ਟੂ ਈਵਨ ਬ੍ਰੇਕ ਈਵਨ। ਅਗੇਨ ਅਗਰ ਤੁਹਾਡੇ ਅੰਦਰ ਜਜ਼ਬਾ ਹੈਗਾ ਦੈਟ ਯੂ ਵਾਂਟ ਟੂ ਡੂ ਸਮਥਿੰਗ ਡਿਫਰੈਂਟ ਐਂਡ ਯੂ ਵਾਂਟ ਟੂ ਡੂ ਸਮਥਿੰਗ ਫੋਰ ਦ ਕਮਿਊਨਿਟੀ, ਯੂ ਰੀਅਲੀ ਵਾਂਟ ਟੂ ਸਰਵਿਸ ਐਂਡ ਗਿਵ ਦ ਸਰਵਿਸ ਟੂ ਮਚ ਨੀਡੀ, ਆਈ ਥਿੰਕ ਦੈਟਸ ਵੇਅਰ ਆਈ ਸਟੈਂਡ। ਓਕੇ, ਹੁਣ ਜੇ ਥੋੜ੍ਹਾ, ਕਿਉਂਕਿ ਇੱਕ ਡੈਂਟਿਸਟ ਦਾ, ਡਾਕਟਰ ਦਾ ਅਤੇ ਹਾਈਜੀਨਿਸਟ ਦਾ, ਇਹਦੇ ਵਿੱਚ ਡਿਫਰੈਂਸ ਕੀ ਹੈ, ਦੋਨਾਂ 'ਚ ਕੀ ਅੰਤਰ ਕੀ ਹੈ? ਸੋ ਜਿਹੜੀ ਡੈਂਟਲ ਹਾਈਜੈਨਿਸਟ ਹੁੰਦੀਆਂ ਨੇ, ਸਪੈਸ਼ਲੀ ਇੰਡੀਪੈਂਡੈਂਟ ਡੈਂਟਲ ਹਾਈਜੈਨਿਸਟ ਆਰ ਲਿਟਲ ਬਿਟ ਡਿਫਰੈਂਟ ਫਰੋਮ ਅ ਰੈਗੂਲਰ ਡੈਂਟਲ ਰਜਿਸਟਰਡ ਡੈਂਟਲ ਹਾਈਜੈਨਿਸਟ। ਵੀ ਕੈਨ ਓਪਨ ਅਪ ਆਰ ਓਨ ਕਲੀਨਿਕਸ, ਅ ਲਿਟਲ ਬਿਟ ਆਫ ਮੋਰ ਸਰਟੀਫਿਕੇਸ਼ਨ ਐਂਡ ਮੋਰ ਐਕਸਪੀਰੀਅੰਸਡ ਹਾਈਜੈਨਿਸਟ ਕੈਨ ਡੂ ਦੈਟ। ਡੈਂਟਲ ਹਾਈਜੈਨਿਸਟ ਆਰ ਮੋਰ ਪ੍ਰੀਵੈਂਟਿਵ ਡੈਂਟਲ ਕੇਅਰ ਦੇ ਵਿੱਚ ਕੰਮ ਕਰਦੀਆਂ ਨੇ, ਤੁਹਾਡੇ ਦੰਦਾਂ ਨੂੰ ਸਾਫ਼ ਕਰਨਾ, ਤੁਹਾਡੇ ਸੀਲੈਂਟਸ ਕਰਨੇ, ਪੋਲਿਸ਼ਿੰਗ, ਫਲੋਰਾਈਡ ਜਾਂ ਚੈੱਕਅਪ ਹੈ ਜਿਹੜੀ, ਉਹ ਗਮ ਮੈਜਰਮੈਂਟਸ ਜਿਹੜੀਆਂ ਹੈਗੀਆਂ ਨੇ, ਉਹ ਸਾਰਾ ਪ੍ਰੀਵੈਂਸ਼ਨ ਦਾ ਜਿਹੜਾ ਰੈਗੂਲਰ ਚੈੱਕਅਪ ਐਂਡ ਕਲੀਨਿੰਗ ਹੈਗੀ ਹੈ ਜਿਹੜੀ ਅਸੀਂ 6 ਮੰਥ ਬਾਅਦ ਕਰਵਾਉਂਦੇ ਹੈਗੇ ਹਾਂ, ਉਹ ਡੈਂਟਲ ਹਾਈਜੈਨਿਸਟ ਕਰ ਸਕਦੀਆਂ ਨੇ। ਅਤੇ ਜਿਹੜਾ ਡੈਂਟਿਸਟ ਹੈਗਾ, ਜਿੱਦਾਂ ਉਹ ਫਿਲਿੰਗਸ ਕਰਨੀਆਂ, ਤੁਹਾਡੇ ਕਰਾਊਨ ਐਂਡ ਬ੍ਰਿਜ ਕਰਨੇ, ਕੋਈ ਇੰਪਲੈਂਟ ਕਰਨਾ, ਸੋ ਦੋਜ਼ ਟਾਈਪ ਆਫ ਥਿੰਗਸ ਕਮਸ ਅੰਡਰ ਦ ਡੈਂਟਿਸਟ ਅੰਬਰੇਲਾ। ਜੀ, ਹੁਣ ਤੁਹਾਨੂੰ ਇੰਨੇ ਸਾਲਾਂ ਦੇ ਵਿੱਚ, ਅੱਜ ਜੇ ਅਸੀਂ ਕਹੀਏ ਕਿ ਸਮਾਈਲਜ਼ ਔਨ ਵੀਲਸ, ਉਹ ਕਿੱਥੇ ਖੜੀ ਹੈ ਜਾਂ ਉਹਦਾ ਸਫ਼ਰ ਕਿਵੇਂ ਚੱਲ ਰਿਹਾ, ਉਹ ਤੁਸੀਂ ਦੱਸੋ। ਹਾਂਜੀ, ਥੈਂਕ ਯੂ ਸੋ ਮੱਚ। ਪਹਿਲਾਂ ਤਾਂ ਮੈਂ ਕਹਾਂਗੀ ਮੇਰੀ ਕਮਿਊਨਿਟੀ ਦਾ ਬਹੁਤ ਬਹੁਤ, ਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਉਤਸ਼ਾਹ ਦਿੱਤਾ ਅਤੇ ਮੇਰੀ ਸਪੋਰਟ ਕੀਤੀ। ਦੇ ਵਰ ਦ ਫਸਟ ਵਨਸ ਜਿਨ੍ਹਾਂ ਨੇ ਕਿਹਾ ਕਿ ਓਕੇ ਸੋ ਯੂ ਡੂ ਆਰਟਸ, ਜਿੱਥੋਂ ਤੁਹਾਡੀ ਬੈਕਬੋਨ ਜਿਹੜੀ ਹੈਗੀ ਉਹ ਮੇਰੀ ਕਮਿਊਨਿਟੀ ਹੈ ਮੇਰੇ ਬਿਜ਼ਨਸ ਦੇ ਵਿੱਚ। ਯੈਸ, ਨਾਓ ਇਟਸ ਗੋਇੰਗ ਆਊਟ ਟੂ ਦੀ ਅਦਰ ਕਮਿਊਨਿਟੀਜ਼, ਅਤੇ ਆਈ ਐਮ ਵਰਕਿੰਗ ਵਿਦ ਕੈਨੇਡੀਅਨ ਡੈਂਟਲ ਹਾਈਜੀਨ ਐਸੋਸੀਏਸ਼ਨ, ਜਿਹੜੀਆਂ ਓਨਟਾਰੀਓ ਡੈਂਟਲ ਹਾਈਜੀਨ ਐਸੋਸੀਏਸ਼ਨਸ ਹੈਗੀਆਂ ਨੇ, ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਇਸ ਚੀਜ਼ ਨੂੰ ਪ੍ਰਮੋਟ ਕਰਨ ਦੇ ਵਿੱਚ, ਬਿਕੋਜ਼ ਆਈ ਐਮ ਦ ਫਸਟ ਵਨ ਟੂ ਡੂ ਸਮਥਿੰਗ ਲਾਈਕ ਦਿਸ। ਸੋ ਅੱਜ ਦੇ ਇਸ ਦੌਰ ਦੇ ਵਿੱਚ ਮੈਂ ਕਹਾਂਗੀ ਕਿ ਇਟਸ ਡੂਇੰਗ ਰੀਲੀ ਵੈਲ। ਸਾਡੇ ਕੋਲ ਹੁਣ 2 ਟਰੱਕ ਹੈਗੇ ਨੇ, ਆਈ ਹੈਵ ਅਦਰ ਹਾਈਜੈਨਿਸਟ ਹੂ ਆਰ ਵਰਕਿੰਗ ਇਨ ਦੈਟ, ਐਂਡ ਵੀ ਆਰ ਲੁਕਿੰਗ ਟੂ ਸਪਰੈਡ ਇਟ ਅਕ੍ਰੋਸ ਕੈਨੇਡਾ। ਅੱਛਾ, ਜਦੋਂ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੁਹਾਨੂੰ ਕਾਲ ਕਰਦੇ, ਫਿਰ ਤੁਸੀਂ ਕਿਵੇਂ ਪਹੁੰਚਦੇ ਹੋ, ਅਪੁਆਇੰਟਮੈਂਟ ਕਿਵੇਂ ਫਿਕਸ ਕਰਦੇ ਹੋ, ਜਾਂ ਘਰ ਦੇ ਵਿੱਚ ਕਿਤੇ ਜਾਣਾ, ਕਿੰਨਾ ਕੁ ਟਾਈਮ ਦਿੰਦੇ ਹੋ ਉਹਨਾਂ ਨੂੰ, ਕਿਵੇਂ ਇੰਨੇ ਚਿਰ 'ਚ ਪਹੁੰਚ ਸਕਦੇ ਹਾਂ? ਇਟ ਡਿਪੈਂਡਸ ਕਿਹੜੇ ਏਰੀਏ ਦੇ ਵਿੱਚ ਹੈਗੇ ਨੇ। ਅਗਰ ਉਹ ਸਾਡੇ ਆਪਣੇ ਏਰੀਏ ਦੇ ਵਿੱਚ ਬ੍ਰੈਂਪਟਨ ਜਾਂ ਮਿਸਿਸਾਗਾ ਦੇ ਵਿੱਚ ਹੈਗੇ ਨੇ, ਵਿਦਇਨ ਅ ਵੀਕ ਵੀ ਅਪੁਆਇੰਟਮੈਂਟ ਮਿਲ ਜਾਂਦੀ ਹੈਗੀ ਹੈ। ਜਿਸ ਤਰ੍ਹਾਂ ਅਸੀਂ ਇਹ ਰੱਖਦੇ ਹਾਂ ਕਿ ਫੋਰ ਐਗਜ਼ਾਮਪਲ ਅਸੀਂ ਮੰਡੇ ਨੂੰ ਹੈਮਿਲਟਨ ਕਵਰ ਕਰ ਰਹੇ ਹੈਗੇ ਹਾਂ, ਟਿਊਜ਼ਡੇਜ਼ ਨੂੰ ਸਾਰਾ ਦਿਨ ਬ੍ਰੈਂਪਟਨ ਦੇ ਵਿੱਚ ਹੈਗੇ ਹਾਂ, ਥਰਸਡੇ ਨੂੰ ਅਸੀਂ ਮਿਸਿਸਾਗਾ ਦੇ ਲੇਕ ਸ਼ੋਰ ਏਰੀਏ ਦੇ ਵਿੱਚ ਹੈਗੇ ਹਾਂ, ਐਂਡ ਦੀ ਅਨਦਰ ਡੇ ਵੀ ਆਰ ਇਨ ਨੋਬਲਟਨ ਐਂਡ ਕੈਲੇਡਨ। ਸੋ ਉਹ ਵੱਖਰੇ ਵੱਖਰੇ ਦਿਨਾਂ ਦੇ ਵਿੱਚ ਫਿਰ ਉਸ ਏਰੀਏ ਦੀ ਅਪੁਆਇੰਟਮੈਂਟ ਦਿੱਤੀ ਜਾਂਦੀ ਹੈਗੀ ਆ। ਫਿਰ ਅਸੀਂ ਅਗਲੇ ਦੇ ਘਰ ਦੇ ਬਾਹਰ ਜਾਂਦੇ ਹਾਂ, ਜਾਂ ਉਹਨਾਂ ਦੇ ਕੰਮ 'ਤੇ, ਜਾਂ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਲੋਕ ਬੱਸ ਦੇ ਨਾਲ ਕਮਿਊਟ ਕਰਦੇ ਨੇ ਉਹ ਕਿਸੇ
ਪਾਰਕਿੰਗ ਲਾਟ ਦੇ ਵਿੱਚ ਮਿਲਦੇ ਨੇ ਜਾਂ ਕਿਸੇ ਮਾਲ ਦੇ ਵਿੱਚ ਮਿਲ ਲੈਂਦੇ ਹੈਗੇ ਨੇ, ਸੋ ਐਨੀਵੇਅਰ, ਸੋ ਅਕੋਰਡਿੰਗ ਟੂ ਦੈਟ ਏਰੀਆ ਅਸੀਂ ਅਪੁਆਇੰਟਮੈਂਟ ਬਣਾਉਂਦੇ ਹਾਂ। ਤੁਹਾਡੀਆਂ ਜਿਹੜੀਆਂ ਸਰਵਿਸਿਜ਼ ਲੈਣ ਵਾਸਤੇ ਜੇ ਇੱਕ ਕਲੀਨਿਕ ਦੇ ਵਿੱਚ ਜਾਣਾ ਜਾਂ ਤੁਹਾਡੀ ਵੈਨ ਨੂੰ ਉਹਨਾਂ ਤੱਕ ਪਹੁੰਚਾਉਣਾ, ਇਹਦੇ ਵਿੱਚ ਪੈਸਿਆਂ ਦਾ ਜਾਂ ਖਰਚਾ ਉਹ ਉਨਾ ਕੀ ਆਉਂਦਾ ਹੈ ਜਾਂ ਬਰਾਬਰ ਹੀ ਹੈ ਜਾਂ ਤੁਸੀਂ ਘੱਟ ਵਿੱਚ ਸਰਵਿਸ ਕਰਦੇ? ਜਿਹੜੀ ਡੈਂਟਲ ਹਾਈਜੈਨਿਸਟ ਨੇ ਉਹ ਡੈਂਟਲ ਹਾਈਜੀਨ ਫੀ ਗਾਈਡ ਨੂੰ ਫੋਲੋ ਕਰਦੇ ਆ। ਅੱਛਾ ਜੀ। ਜਿਹੜੇ ਡੈਂਟਿਸਟ ਨੇ ਉਹ ਡੈਂਟਿਸਟ ਫੀ ਗਾਈਡ ਨੂੰ ਫੋਲੋ ਕਰਦੇ ਨੇ, ਸੋ ਸਾਡੀ ਜਿਹੜੀ ਫੀ ਗਾਈਡ ਹੈਗੀ ਹੈ ਇਹਦੇ ਵਿੱਚ ਪ੍ਰਾਈਸ ਡਿਫਰੈਂਸ ਥੋੜ੍ਹਾ ਜਿਹਾ ਹੈਗਾ। ਸਾਡੀ ਜਿਹੜੀ ਡੈਂਟਲ ਹਾਈਜੈਨਿਸਟ ਦੀ ਫੀ ਗਾਈਡ ਹੈ ਉਹ ਥੋੜ੍ਹੀ ਜਿਹੀ ਘੱਟ ਹੈ ਡੈਂਟਿਸਟ ਦੀ ਫੀ ਗਾਈਡ ਨਾਲੋਂ। ਅੱਛਾ ਜੀ। ਸੋ ਆਈ ਵੁੱਡ ਸੇ ਕਿ ਕਈ ਵਾਰੀ ਕੀ ਹੁੰਦਾ ਕਿ ਅਗਰ ਅਸੀਂ ਬਹੁਤ ਜ਼ਿਆਦਾ ਦੂਰ ਜਾ ਰਹੇ ਹਾਂ ਫਿਰ ਉਹਦੇ ਵਿੱਚ ਕਈ ਵਾਰੀ ਮੋਬਾਈਲ ਚਾਰਜਿਸ ਆ ਜਾਂਦੇ ਨੇ, ਬਟ ਵੀ ਆਰ ਰਜਿਸਟਰਡ ਵਿਦ ਐਵਰੀ ਇੰਸ਼ੋਰੈਂਸ ਕੰਪਨੀ, ਅਤੇ ਤੁਹਾਡੇ ਕੋਲ ਅਗਰ ਡੈਂਟਲ ਬੈਨੀਫਿਟਸ ਹੈਗੇ ਨੇ, ਡੈਂਟਲ ਪਲਾਨਸ ਹੈਗੇ ਨੇ, ਅਤੇ ਅਸੀਂ ਹਰ ਇੰਸ਼ੋਰੈਂਸ ਕੰਪਨੀ ਦੇ ਨਾਲ ਡਾਇਰੈਕਟ ਬਿਲਿੰਗ ਕਰਦੇ ਹਾਂ। ਈਵਨ ਜਿਹੜੀਆਂ ਹੈਲਦੀ ਸਮਾਲਸ ਅੰਟਾਰੀਓ ਹੈਗਾ ਜਾਂ ਤੁਹਾਡੇ ਕੋਲ ਵੈਲਫੇਅਰ ਦੇ ਡੈਂਟਲ ਬੈਨੀਫਿਟਸ ਹੈਗੇ ਨੇ, ਅੰਟਾਰੀਓ ਵਰਕਸ ਹੈਗਾ ਜਾਂ ਡਿਸਬਿਲਿਟੀ ਬੈਨੀਫਿਟਸ ਹੈਗੇ ਨੇ, ਉਹਨਾਂ ਨਾਲ ਵੀ ਅਸੀਂ ਡੀਲ ਕਰਦੇ ਹੈਗੇ ਹਾਂ। ਸੋ ਸਾਡੀ ਜਿਹੜੀ ਫੀ ਗਾਈਡ ਹੈਗੀ ਆ ਉਹ ਡੈਂਟਿਸਟ ਨਾਲੋਂ। ਅਤੇ ਹੁਣ ਜੇ ਕੁਛ ਖਾਸ ਟਿਪਸ ਜਿਹੜੇ, ਕਿਉਂਕਿ ਜ਼ਿਆਦਾਤਰ ਜਿਵੇਂ ਅਸੀਂ ਸ਼ੁਰੂ 'ਚ ਗੱਲ ਕੀਤੀ ਕਿ ਲੋਕ ਇੰਨੇ ਜ਼ਿਆਦਾ ਅਵੇਅਰ ਨਹੀਂ ਹੈ, ਅਵੇਸਲੇ ਨੇ, ਜੇ ਤੁਸੀਂ ਐਜ਼ ਅ ਹਾਈਜੀਨਿਸਟ ਜਿਹੜਾ ਤੁਸੀਂ ਕੋਈ ਟਿਪਸ ਦੇਣੀਆਂ ਹੋਣ ਸਾਡੇ ਦਰਸ਼ਕਾਂ ਨੂੰ ਤਾਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾ ਟਿਪ ਤਾਂ ਇਹੀ ਹੈਗਾ ਕਿ ਜੀ ਆਪਣੀ ਸਿਹਤ ਦਾ ਖਿਆਲ ਰੱਖੋ। ਅਸੀਂ ਸਪੈਸ਼ਲੀ ਦਾ ਫੀਮੇਲਸ ਮੈਂ ਕਹਾਂਗੀ ਜਿਹੜੀਆਂ ਬਾਹਰ ਵੀ ਕੰਮ ਕਰਦੀਆਂ ਨੇ ਫਿਰ ਘਰ ਆ ਕੇ ਕੰਮ ਕਰਦੀਆਂ ਨੇ ਅਤੇ ਸ਼ਾਮ ਤੱਕ ਬਹੁਤ ਹੀ ਥੱਕ ਕੇ ਅਸੀਂ ਉੱਦਾਂ ਹੀ ਗਿਰ ਜਾਂਦੇ ਹੈਗੇ ਹਾਂ, ਸ਼ਾਮ ਦੀ ਜਿਹੜੀ ਬ੍ਰਸ਼ਿੰਗ ਹੈਗੀ ਹੈ ਉਹ ਸਭ ਤੋਂ ਇੰਪੋਰਟੈਂਟ ਹੈ, ਸਭ ਤੋਂ ਜ਼ਰੂਰੀ ਚੀਜ਼ ਹੈ ਤੁਹਾਡੀ ਓਰਲ ਹੈਲਥ ਦੇ ਲਈ, ਐਂਡ ਨਾਲ ਦੀ ਨਾਲ ਬਿਕੋਜ਼ ਓਰਲ ਹੈਲਥ ਇਜ਼ ਕਨੈਕਟਡ ਟੂ ਓਵਰਆਲ ਹੈਲਥ, ਅਤੇ ਉਹ ਤੁਹਾਡੀ ਪੂਰੀ ਬੋਡੀ ਦੇ ਲਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸੈਕਿੰਡਲੀ ਕਿ ਜੇ ਤੁਹਾਡੀ ਓਰਲ ਹੈਲਥ ਉਹ ਬਹੁਤ ਵਧੀਆ ਨਹੀਂ ਹੈਗੀ ਅਤੇ ਤੁਸੀਂ ਆਪਣੇ ਕੰਮ ਦੇ ਉੱਤੇ ਜਾਂ ਤੁਸੀਂ ਅਗਰ ਕਸਟਮਰ ਸਰਵਿਸ ਦੇ ਵਿੱਚ ਹੈਗੇ ਹੋ, ਤੁਹਾਡੇ ਬੈਡ ਬ੍ਰੈਥ ਹੈਗੀ ਆ, ਤੁਹਾਡੀ ਸਮਾਈਲ ਸੋਹਣੀ ਨਹੀਂ ਹੈਗੀ, ਤੁਹਾਨੂੰ ਕੋਈ ਗਮ ਡਿਜ਼ੀਜ਼ ਹੈਗੀ ਆ, ਬਲੀਡਿੰਗ ਹੋ ਰਹੀ ਹੈਗੀ ਆ, ਸੋ ਉਹ ਚੀਜ਼ਾਂ ਤੁਹਾਡੀ ਜਿਹੜੀ ਪਰਸਨਲ ਲਾਈਫ ਹੈ ਉਹਨੂੰ ਵੀ ਇਫੈਕਟ ਕਰਦੀਆਂ ਨੇ। ਸੋ ਰਾਤ ਦੀ ਬ੍ਰਸ਼ਿੰਗ ਹੱਦ ਤੋਂ ਜ਼ਿਆਦਾ ਜ਼ਰੂਰੀ ਹੈ, ਫਲੋਸਿੰਗ, ਯੂਜ਼ ਆਫ ਅ ਮਾਊਥ ਵਾਸ਼, ਅਤੇ ਨਾਲ ਦੀ ਨਾਲ ਐਵਰੀ 6 ਮੰਥ ਡਿਪੈਂਡਿੰਗ ਅਪੋਨ ਯੂਅਰ ਗਮ ਇਸ਼ੂਜ਼, ਐਨੀ ਵੇਜ਼ ਕਿ ਤੁਹਾਡੇ ਅਗਰ ਗਮਸ ਬਹੁਤ ਸਟਰੋਂਗ ਹੈਗੇ ਨੇ ਦੈਨ ਯੂ ਕੈਨ ਡੂ ਇਟ ਐਵਰੀ 6 ਮੰਥ ਆਪਣੀ ਟੀਥ ਦੀ ਜਿਹੜੀ ਚੈੱਕਅਪ ਹੈ ਅਤੇ ਕਲੀਨਿੰਗ ਜ਼ਰੂਰ ਕਰਾਓ, ਕਿਉਂਕਿ ਸਾਡੇ ਦੰਦ ਨੇ ਜਿਹੜੇ ਉਦੋਂ ਬਹੁਤ ਜ਼ਿਆਦਾ ਦਰਦ ਕਰਦੇ ਨੇ ਜਦੋਂ ਨਰਵ ਤੱਕ ਕੋਈ ਕੈਵਿਟੀ ਪਹੁੰਚ ਜਾਂਦੀ ਹੈ ਜਾਂ ਤੁਹਾਡੇ ਜਿਹੜੇ ਬੋਨਲੈਸ ਹੈ ਉਹ ਜ਼ਿਆਦਾ ਹੋ ਜਾਂਦਾ ਹੈਗਾ। ਇਨੀਸ਼ੀਅਲ ਸਟੇਜਸ ਦੇ ਉੱਤੇ ਜਿਵੇਂ ਅਸੀਂ ਕੈਂਸਰ ਅਵੇਅਰਨੈਸ ਦੀ ਵੀ ਗੱਲ ਕਰਦੇ ਹਾਂ, ਹੋਰਾਂ ਚੀਜ਼ਾਂ ਦੀ ਵੀ ਗੱਲ ਕਰਦੇ ਹਾਂ, ਇਨੀਸ਼ੀਅਲ ਸਟੇਜ ਦੇ ਉੱਤੇ ਕੋਈ ਵੀ ਬਿਮਾਰੀ ਹੈ ਜਿਹੜੀ ਉਹ ਫੜੀ ਜਾਵੇ ਤਾਂ ਉਹਦਾ ਖਰਚਾ ਵੀ ਘੱਟ ਹੈ ਅਤੇ ਉਹਦੀ ਜਿਹੜੀ ਹੈਸਲ ਹੈ ਉਹ ਵੀ ਘੱਟ ਹੈਗੀ ਹੈ। ਸੋ ਆਪਣਾ ਰੈਗੂਲਰ ਚੈੱਕਅਪ ਜ਼ਰੂਰ ਕਰਾਉਂਦੇ ਰਹੋ ਅਤੇ ਜਿਹੜੀ ਰਾਤ ਦੀ ਬ੍ਰਸ਼ਿੰਗ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਅਗੇਨ, ਬ੍ਰਸ਼ਿੰਗ ਆਫਟਰ ਯੂ ਈਟ ਸਮਥਿੰਗ। ਓਕੇ। ਅਤੇ ਸਾਡੀ ਕਮਿਊਨਿਟੀ 'ਚ ਉਲਟਾ ਹੈਗਾ ਕਿ ਅਸੀਂ ਸਵੇਰੇ ਉੱਠਦੇ ਹਾਂ, ਉੱਠਦਿਆਂ ਨੇ ਮੂੰਹ 'ਚ ਸਮੈਲ ਆਉਂਦੀ ਹੈ ਅਤੇ ਅਸੀਂ ਪਹਿਲੀ ਬਰਸ਼ ਕਰਦੇ ਹਾਂ ਜੀ। ਸੋ ਅਸੀਂ ਰਾਤ ਨੂੰ ਖਾਣਾ ਖਾ ਕੇ ਬਰਤਨਾਂ ਨੂੰ ਉੱਦਾਂ ਹੀ ਸਿੰਕ 'ਚ ਰੱਖ ਦਿੰਦੇ ਹਾਂ, ਸਵੇਰੇ ਉੱਠਦੇ ਹਾਂ ਅਤੇ ਸਮੈਲ ਆ ਰਹੀ ਹੁੰਦੀ ਹੈ ਅਤੇ ਅਸੀਂ ਉਦੋਂ ਬਰਤਨ ਧੋਂਦੇ ਹਾਂ ਅਤੇ ਫਿਰ ਬ੍ਰੈਕਫਾਸਟ ਕਰਕੇ ਉਹਨਾਂ ਨੂੰ ਫਿਰ ਸਿੰਕ 'ਚ ਹੀ ਰੱਖ ਜਾਂਦੇ ਹਾਂ ਹਾਂਜੀ ਰਾਈਟ। ਸੋ ਕਰਨਾ ਕੀ ਹੈ ਕਿ ਅਸੀਂ ਖਾਣਾ ਖਾਣ ਤੋਂ ਬਾਅਦ ਉਹਨਾਂ ਨੂੰ ਸਾਫ਼ ਕੀਤਾ, ਵੀ ਲੈਟ ਇਟ ਡਰਾਈ ਅਤੇ ਉਹ ਪਏ ਹੈਗੇ ਨੇ, ਐਂਡ ਦੈਨ ਯੂ ਯੂਜ਼ ਦੈਮ ਐਂਡ ਦੈਨ ਯੂ ਕਲੀਨ ਦੈਮ ਜੀ। ਬਿਲਕੁਲ, ਬਹੁਤ ਵਧੀਆ ਗੱਲ, ਥੋੜਾ ਪੁੱਠਾ ਕੀਤਾ ਹੋਇਆ। ਸੋ ਬ੍ਰਸ਼ ਆਪਣੇ ਜਦੋਂ ਤੁਹਾਡੇ ਮੂੰਹ ਦੇ ਵਿੱਚ ਤੁਸੀਂ ਫੂਡ ਪਾਇਆ ਜਾਂ ਕੁਛ ਕੀਤਾ ਉਸ ਤੋਂ ਬਾਅਦ ਕਰਨਾ, ਐਂਡ ਦੈਨ ਬ੍ਰਸ਼ਿੰਗ ਦਾ ਮਤਲਬ ਹੈ ਕਿ ਤੁਸੀਂ ਆਪਣੇ ਮੂੰਹ ਨੂੰ ਸਾਫ਼ ਰੱਖਿਆ ਕੁਛ ਘੰਟੇ ਜਦੋਂ ਤੱਕ ਤੁਸੀਂ ਨੈਕਸਟ ਚੀਜ਼ ਨੂੰ ਖਾਣਾ ਹੈਗਾ। ਸੋ ਅਗਰ ਤੁਹਾਡਾ ਹੱਥ ਹੈ ਜਿਹੜਾ ਉਹ ਗੰਦਾ ਹੈ ਅਤੇ ਉਹਨੂੰ ਸਾਰਾ ਟਾਈਮ ਤੁਸੀਂ ਗੰਦਾ ਰੱਖਿਆ ਹੋਇਆ, ਜਦੋਂ ਤੁਸੀਂ ਕੋਈ ਖਾਣਾ ਖਾਣ ਲੱਗਣਾ ਤੁਸੀਂ ਹੱਥ ਨੂੰ ਸਾਫ਼ ਕੀਤਾ ਅਤੇ ਫਿਰ ਉਹ ਉੱਦਾਂ ਹੀ ਛੱਡ ਦਿੱਤਾ, ਸੋ ਉਹ ਹੈਲਦੀ ਨਹੀਂ ਰਹੂਗਾ ਜੀ। ਬਿਕੋਜ਼ ਉਹਦੇ 'ਚ ਫੂਡ ਜਿਹੜਾ ਪਾਰਟੀਕਲਸ ਹੈਗੇ ਨੇ, ਜੇ ਅਸੀਂ ਆਟੇ ਨੂੰ ਬਾਹਰ ਰੱਖ ਦਈਏ ਥੋੜ੍ਹੇ ਟਾਈਮ ਬਾਅਦ 37 ਡਿਗਰੀ ਦੇ ਉੱਤੇ ਅਤੇ ਉਹ ਸਮੈਲ ਆਉਣ ਲੱਗ ਜਾਂਦੀ ਹੈ। ਸੋ ਦੈਟਸ ਵਾਈ ਵੀ ਗੈਟ ਆਲ ਦਾ ਇਸ਼ੂਜ਼। ਅੱਛਾ, ਹੁਣ ਤੱਕ ਦੇ ਐਕਸਪੀਰੀਅੰਸ ਕਿਸ ਤਰ੍ਹਾਂ ਦੇ ਰਹੇ, ਕਿਸ ਤਰ੍ਹਾਂ ਤਜਰਬੇ ਰਹੇ ਤੁਸੀਂ ਇਸ ਸਫ਼ਰ ਦੇ ਦੌਰਾਨ ਕਮਿਊਨਿਟੀ ਨਾਲ ਦੇ ਨਾਲ ਰਿਲੇਟਡ ਜਾਂ ਦੂਜੀਆਂ ਕਮਿਊਨਿਟੀਜ਼ ਦੇ ਨਾਲ ਰਿਲੇਟਡ ਕੁਝ ਐਕਸਪੀਰੀਅੰਸ ਜਿਹੜੇ ਉਹ ਸ਼ੇਅਰ ਕਰੋ ਸਾਡੇ ਨਾਲ? That's a very broad question, but I'll bring a couple of them out. Yeah. Experience bada vadiya si. Sab to pehla da eh siga ki I was able to get recognized in the community. Secondly, bachyan de naal main schoolan de vich presentations kardi ha, bachyan de naal judan da mauka milya, bachyan nu educate karan da mauka milya, te ode vich community diyan jehdiyan hor issues ne mainu unna de bare awareness hoyi. A simple cheez hai ki assi har roz bachyan nu ik juice da box lunch de vich pa ke de dinde ha, thinking ke juice is good for them. Par that's wrong. Acha ji. So, okay, main ko ke paani leke jao. Acha.
ਹਰ ਜਿਹੜਾ ਜੂਸ ਹੈ ਉਹਦੇ ਵਿੱਚ ਕੁਛ ਵੀ ਨਹੀਂ ਹੈ, ਚੀਨੀ ਹੈ, ਅਸੀਂ ਉਹ ਬੱਚਿਆਂ ਨੂੰ ਦੇ ਰਹੇ ਹੈਗੇ ਹਾਂ ਰਾਈਟ ਵਾਰ ਵਾਰ, ਅਤੇ ਨਾਲ ਅਸੀਂ ਉਹਨੂੰ ਕੁੱਕੀਜ਼ ਦੇ ਦਿੰਦੇ ਹਾਂ, ਮਫਨਸ ਦੇ ਦਿੰਦੇ ਹਾਂ, ਸੋ ਸਾਡੀ ਜਿਹੜੀ ਨਿਊਟ੍ਰੀਸ਼ਨਲ ਵੈਲਿਊ ਅਸੀਂ ਚੀਜ਼ਾਂ ਦੀ ਘੱਟ ਦੇਖਦੇ ਹੈਗੇ ਹਾਂ, ਅਸੀਂ ਇਹ ਦੇਖਦੇ ਹਾਂ ਕਿ ਚਲੋ ਬੱਚੇ ਨੇ ਕੁਛ ਵੀ ਖਾਣਾ ਖਾ ਤਾਂ ਲਵੇ ਨਾ, ਸੋ ਉਹ ਇੱਕ ਅਪਰੋਚ ਜਿਹੜੀ ਹੈਗੀ ਹੈ ਉਹ ਚੇਂਜ ਕਰਨੀ ਪਏਗੀ, ਅਤੇ ਉਹਦੇ ਬਾਰੇ ਮੈਂ ਕਾਫੀ ਐਜੂਕੇਸ਼ਨ ਐਂਡ ਅਵੇਅਰਨੈਸ ਕ੍ਰੀਏਟ ਕਰ ਰਹੀ ਹਾਂ ਕਮਿਊਨਿਟੀ ਦੇ ਵਿੱਚ। ਸੈਕਿੰਡ ਜਿਹੜੀ ਚੀਜ਼ ਹੈਗੀ ਆ, ਸੇਮ ਟੇਕਿੰਗ ਕੇਅਰ ਆਫ ਯੋਰ ਸੈਲਫ, ਨਾਟ ਜਸਟ ਦੀ ਓਰਲ ਹੈਲਥ, ਕਿਉਂਕਿ ਜਦੋਂ ਮੈਂ ਓਰਲ ਹੈਲਥ ਦੇ ਬਾਰੇ ਗੱਲ ਕਰਦੀ ਸੀ ਤਾਂ ਫਿਰ ਪਤਾ ਲੱਗਿਆ ਕਿ ਓਕੇ ਜੀ ਡਾਇਬਟੀਜ਼ ਅਨਕੰਟਰੋਲਡ ਹੈ ਅਤੇ ਅਸੀਂ ਦਵਾਈ ਨਹੀਂ ਲੈ ਰਹੇ, ਬਲੱਡ ਪ੍ਰੈਸ਼ਰ ਦੀ ਦਵਾਈ ਅਸੀਂ ਸਿਰਫ ਉਸ ਦਿਨ ਲੈਂਦੇ ਹਾਂ ਜਿਸ ਦਿਨ ਸਾਨੂੰ ਲੱਗਦਾ ਕਿ ਸਿਰ ਜਾਂ ਦੁੱਖ ਰਿਹਾ, ਸ਼ਾਇਦ ਵਧਿਆ ਹੋਇਆ। ਆਪਣੇ ਆਪ ਨੂੰ ਐਜੂਕੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਹੈਲਥ ਦੇ ਪ੍ਰਤੀ। ਬਾਕੀ ਜਿਹੜਾ ਮੇਰਾ ਕਮਿਊਨਿਟੀ ਦਾ ਜਿਹੜਾ ਸਫ਼ਰ ਸੀਗਾ ਬਹੁਤ ਅੱਛਾ ਸੀਗਾ, ਕਮਿਊਨਿਟੀ ਨੇ ਬੜੀ ਸਪੋਰਟ ਕੀਤੀ ਹੈਗੀ ਹੈ ਕਈ ਚੀਜ਼ਾਂ ਦੇ ਵਿੱਚ, ਜਿਸ ਤਰ੍ਹਾਂ ਕਹਿੰਦੇ ਆ ਕਿ ਇਟ ਗੈਟਸ ਫਰਸਟ੍ਰੇਟਿੰਗ ਟੂ, ਜਦੋਂ ਤੁਸੀਂ ਕੋਈ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਇਸ ਪੱਖੋਂ ਦੇਖਿਆ ਜਾਂਦਾ ਕਿ ਇਹਦਾ ਤਾਂ ਬਿਜ਼ਨਸ ਹੈ ਜੀ, ਸਹੀ। ਇਹ ਜਿੱਦਾਂ ਹੁਣ ਤੁਸੀਂ ਮੈਨੂੰ ਕੋਈ ਚੀਜ਼ ਸਮਝਾ ਰਹੇ ਹੈਗੇ ਹੋ, ਫੋਰ ਐਗਜ਼ਾਮਪਲ ਯੂ ਆਰ ਫਾਈਨੈਂਸ਼ੀਅਲ ਐਡਵੋਕੇਟ, ਅਤੇ ਮੈਂ ਇਹ ਸੋਚਾਂ ਕਿ ਇਹਨਾਂ ਨੂੰ ਇਹ ਚਾਹੀਦਾ ਕਿ ਮੈਂ ਪੈਸੇ ਕਿੱਥੇ ਇਨਵੈਸਟ ਕਰਾਂ, ਇਟਸ ਨਾਟ ਲਾਈਕ ਦੈਟ। ਜਦੋਂ ਤੁਹਾਨੂੰ ਕੋਈ ਪ੍ਰੋਫੈਸ਼ਨਲ ਕੋਈ ਚੀਜ਼ ਸਮਝਾਉਂਦਾ ਹੈਗਾ, ਜਸਟ ਲਿਸਨ ਟੂ ਦੈਟ। ਫਿਰ ਇੱਕ ਹੋਰ ਚੀਜ਼ ਸਾਡੀ ਕਮਿਊਨਿਟੀ 'ਚ ਬਹੁਤ ਵੱਡੀ ਹੈ, ਮਿਥਸ ਬਹੁਤ ਜ਼ਿਆਦਾ ਹੈਗੀਆਂ ਨੇ ਕਿ ਅਗਰ ਡਾਇਬਟੀਜ਼ ਆ ਜੀ ਕਰੇਲਿਆਂ ਦਾ ਪਾਣੀ ਪੀ ਲਓ, ਅਗਰ ਮੂੰਹ ਦੇ ਵਿੱਚ ਤੁਹਾਡੇ ਦੰਦ ਨੂੰ ਕੁਛ ਹੋ ਰਿਹਾ ਹੈਗਾ ਤੁਸੀਂ ਲੌਂਗ ਰੱਖ ਲਓ, ਜਾਂ ਸੋ ਮੈਨੀ ਅਦਰ ਥਿੰਗਸ ਹੈ ਨਾ। ਅਤੇ ਫਿਰ ਅਸੀਂ ਜਦੋਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੁੰਦੀ ਅਸੀਂ ਗੂਗਲ 'ਤੇ ਸਰਚ ਕਰਦੇ ਹਾਂ, ਅਤੇ ਅਸੀਂ ਕੋਈ ਵੀ ਆਰਟੀਕਲ ਪੜ੍ਹ ਕੇ ਸੋਚ ਲੈਂਦੇ ਹਾਂ ਕਿ ਇਹ ਜੋ ਇਨਫੋਰਮੇਸ਼ਨ ਪਈ ਹੈ ਸਹੀ ਹੈਗੀ ਹੈ। ਸੋ ਕਿਹੋ ਜਿਹੀ ਸਿਲੈਕਟਿਵ ਇਨਫੋਰਮੇਸ਼ਨ ਤੁਸੀਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣੀ ਆ, ਪੀਅਰ ਰਿਵਿਊਡ ਆਰਟੀਕਲਸ ਹੁੰਦੇ ਨੇ ਜਿਹੜੇ ਕਿਸੇ ਯੂਨੀਵਰਸਿਟੀ ਵੱਲੋਂ ਨੇ ਜਾਂ ਕਿਸੇ ਮੈਡੀਕਲ ਫੈਸਿਲਿਟੀ ਵੱਲੋਂ ਨੇ, ਉਹਨਾਂ ਨੂੰ ਫੋਲੋ ਕਰੋ, ਨਾਟ ਜਸਟ ਐਨੀਥਿੰਗ ਐਂਡ ਐਵਰੀਥਿੰਗ ਜੀ, ਰਾਈਟ। ਸੋ ਉਹ ਚੀਜ਼ ਬਹੁਤ ਵੱਡੀ ਹੈ ਸਾਡੀ ਕਮਿਊਨਿਟੀ 'ਚ ਕਿ ਅਸੀਂ ਗਵਾਂਢੀ ਨੇ ਅਗਰ ਜੋ ਕਹਿਤਾ ਉਹ ਚੰਗੀ ਤਰ੍ਹਾਂ ਸੁਣ ਲਾਂਗੇ, ਉਹਦੇ 'ਤੇ ਅਸੀਂ ਸ਼ੁਰੂ ਕਰ ਲਾਂਗੇ, ਉੱਦਾਂ ਦਾ ਦੇਸੀ ਇਲਾਜ ਸ਼ੁਰੂ ਕਰ ਲਾਂਗੇ, ਬਟ ਨਾਟ ਨੋਇੰਗ ਕਿ ਇਟ ਮੇ ਬੀ ਨਾਟ ਫੋਰ ਯੂ, ਜੋ ਮਾਹਿਰ ਹੈ ਉਹਦੀ ਗੱਲ ਨਹੀਂ ਸੁਣਦੇ, ਤੁਹਾਡੀ ਸ਼ਰਟ ਮੇਰੇ ਨਹੀਂ ਪੈ ਸਕਦੀ। ਸੋ ਅਗਰ ਕਿਸੇ ਚੀਜ਼ ਨਾਲ ਤੁਹਾਨੂੰ ਆਰਾਮ ਆਇਆ, ਮੇ ਬੀ ਉਹਦੇ ਪਿੱਛੇ ਕੁਛ ਹੋਰ ਸੀਗਾ, ਉਹ ਜ਼ਰੂਰੀ ਨਹੀਂ ਕਿ ਮੈਨੂੰ ਵੀ ਉਹਦੇ ਨਾਲ ਠੀਕ ਹੋਏਗਾ, ਲਿਸਨ ਟੂ ਦਾ ਪ੍ਰੋਫੈਸ਼ਨਲਸ। ਪ੍ਰੋਫੈਸ਼ਨਲਸ ਨੇ ਇੰਨੇ ਸਾਲ ਯੂਨੀਵਰਸਿਟੀਜ਼ ਦੇ ਵਿੱਚ, ਕਾਲਜਿਸ ਦੇ ਵਿੱਚ, ਫਿਰ ਕਲੀਨਿਕਲ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਗਾਈਡੈਂਸ ਦਿੱਤੀ ਹੈਗੀ ਹੈ, ਸੋ ਲਿਸਨ ਟੂ ਦੈਟ। ਅੱਛਾ ਬਲਬੀਰ ਜੀ, ਕਿਉਂਕਿ ਤੁਸੀਂ ਬਿਲਕੁਲ ਨਵੇਕਲੇ ਢੰਗ ਨਾਲ ਇਹ ਸਰਵਿਸ ਸ਼ੁਰੂ ਕੀਤੀ ਅਤੇ ਹੁਣ ਤੁਹਾਡਾ ਸਫ਼ਰ ਅੱਗੇ ਜਾਰੀ ਹੈ, ਕੀ ਇਹਦਾ ਕੋਈ ਅਵਾਰਡ ਜਾਂ ਰਿਵਾਰਡ ਤੁਹਾਨੂੰ ਮਿਲਿਆ ਕਿ ਹਾਂ ਤੁਸੀਂ ਇੱਕ ਬਿਲਕੁਲ ਵੱਖਰਾ ਰਸਤਾ ਅਖਤਿਆਰ ਕੀਤਾ ਬਾਕੀਆਂ ਨੂੰ ਛੱਡ ਕੇ? ਸਭ ਤੋਂ ਵੱਡਾ ਅਵਾਰਡ ਤਾਂ ਇਹ ਹੈ ਜੀ, ਜਦੋਂ ਮੈਂ ਕਈ ਸੀਨੀਅਰਸ ਨੇ ਜਿਵੇਂ ਉਹਨਾਂ ਨੂੰ ਸਟ੍ਰੋਕ ਹੋਇਆ ਜਾਂ ਉਹ ਐਂਡ ਸਟੇਜ 'ਤੇ ਹੈਗੇ ਨੇ, ਪੈਲੇਟਿਵ ਕੇਅਰ ਦੇ ਵਿੱਚ ਹੈਗੇ ਨੇ, ਜਿਨ੍ਹਾਂ ਨੇ ਬਹੁਤ ਟਾਈਮ ਤੋਂ ਲੱਭਿਆ ਕਿ ਕੋਈ ਲੱਭ ਜਾਵੇ ਉਹਨਾਂ ਨੂੰ ਨਹੀਂ ਲੱਭ ਰਿਹਾ, ਜਾਂ ਕੋਈ ਹੋਸਪਿਟਲ ਦੇ ਵਿੱਚ 3-4 ਸਾਲਾਂ ਤੋਂ ਕੋਮਾ ਦੇ ਵਿੱਚ ਹੈਗੇ ਨੇ ਅਤੇ ਬੁਰਾ ਹਾਲ ਹੈਗਾ ਅਤੇ ਨੀਡ ਸਮਵਨ। ਸੋ ਜਦੋਂ ਮੈਂ ਉਹਨਾਂ ਨੂੰ ਜਾ ਕੇ ਟ੍ਰੀਟ ਕਰਦੀ ਹਾਂ ਅਤੇ ਉਹਨਾਂ ਦੀਆਂ ਫੈਮਿਲੀਜ਼ ਤੋਂ ਜਿੱਦਾਂ ਜਾਂ ਉਹਨਾਂ ਤੋਂ ਜਿਹੜੀਆਂ ਦੁਆਵਾਂ ਮਿਲਦੀਆਂ ਨੇ, ਮੈਂ ਕਹਾਂਗੀ ਦੈਟਸ ਮਾਈ ਬਿਗੈਸਟ ਰਿਵਾਰਡ, ਐਂਡ ਆਲ ਦੋਜ਼ ਮਦਰਸ, ਜਾਂ ਮੈਂ ਕਹਾਂਗੀ ਕਿ ਜਿਨ੍ਹਾਂ ਦੇ ਬੱਚੇ ਸਪੈਸ਼ਲੀ ਆਟਿਜ਼ਮ ਜਾਂ ਡਾਊਨ ਸਿੰਡਰਮ ਦੇ ਵਿੱਚ, ਸਮ ਕਾਇੰਡ ਆਫ ਮੈਂਟਲ ਡਿਸਬਿਲਿਟੀ ਔਰ ਫਿਜ਼ੀਕਲ ਡਿਸਬਿਲਿਟੀ ਹੈਗੀ ਹੈ, ਅਤੇ ਉਹਨਾਂ ਨੂੰ ਹਾਰਡ ਹੁੰਦਾ ਹੈਗਾ। ਸੈਕਿੰਡਲੀ, ਕਈ ਬੱਚੇ ਹੈਗੇ ਨੇ ਜਾਂ ਲੋਕ ਹੈਗੇ ਨੇ ਜਿਨ੍ਹਾਂ ਨੂੰ ਅੰਡਰ ਸਲੀਪ ਇੱਕ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਬੱਚੇ ਨੇ ਜਿਨ੍ਹਾਂ ਨੂੰ ਸਿਕ ਕਿਡਸ ਲੈ ਕੇ ਜਾਇਆ ਜਾਂਦਾ ਹੈਗਾ, ਕਿਉਂਕਿ ਉਹ ਡਰਦੇ ਨੇ, ਐਂਜ਼ਾਇਟੀ ਹੈਗੀ ਆ, ਡਿਪਰੈਸ਼ਨ ਹੁੰਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਦੇਖਦੇ ਹੋਏ। ਸੋ ਜਦੋਂ ਮੈਂ ਉਹਨਾਂ ਨੂੰ ਟ੍ਰੀਟ ਕਰਦੀ ਹਾਂ ਅਤੇ ਉਹ ਬੜੇ ਆਰਾਮ ਦੇ ਨਾਲ ਕਰਵਾ ਲੈਂਦੇ ਨੇ, ਕਿਉਂਕਿ ਆਮ ਇਨ ਕੰਫਰਟ ਜ਼ੋਨ ਆਫ ਦੇਅਰ ਓਨ ਹਾਊਸ, ਹੈ ਨਾ, ਉਹਨਾਂ ਦੇ ਡਰਾਈਵੇ ਦੇ ਵਿੱਚ ਖੜੀ ਹੈਗੀਆਂ। ਸੋ ਉਹ ਜਦੋਂ ਟ੍ਰੀਟਮੈਂਟ ਲੈਂਦੇ ਨੇ ਜਿਹੜੇ ਲੋਕ ਬਹੁਤ ਹੀ ਡਰਦੇ ਸੀਗੇ, ਸੋ ਦੈਟਸ ਮਾਈ ਬਿਗੈਸਟ ਰਿਵਾਰਡ। ਯੈਸ, ਅਗੇਨ, ਰਿਕੋਗਨੀਸ਼ਨਸ ਬਾਏ ਦੀ ਡਿਫਰੈਂਟ ਔਰਗਨਾਈਜੇਸ਼ਨਸ ਵਰ ਦੇਅਰ। ਬਰੈਂਪਟਨ ਬੋਰਡ ਆਫ ਟ੍ਰੇਡ ਦੇ ਵਿੱਚ ਮੈਂ 40 Under 40 ਦਾ ਮੈਨੂੰ ਅਵਾਰਡ ਮਿਲਿਆ, ਕੈਨੇਡੀਅਨ ਡੈਂਟਲ ਹਾਈਜੀਨ ਐਸੋਸੀਏਸ਼ਨ ਵੱਲੋਂ ਮੈਨੂੰ ਅਵਾਰਡ ਦਿੱਤਾ ਗਿਆ, ਉਹਨਾਂ ਦੀ ਨੈਸ਼ਨਲ ਕੈਂਪੇਨ ਦੇ ਵਿੱਚ ਮੇਰੀ ਵੀਡੀਓ ਰਿਲੀਜ਼ ਕੀਤੀ ਗਈ, ਅੰਟਰੀਓ ਡੈਂਟਲ ਹਾਈਜੀਨ ਐਸੋਸੀਏਸ਼ਨ ਨੇ ਅਵਾਰਡ ਦਿੱਤਾ, ਬਰੈਂਪਟਨ ਸਿਟੀ ਨੇ ਮੈਨੂੰ ਵਾਲੰਟੀਅਰ ਅਵਾਰਡ ਦਿੱਤਾ, ਅਤੇ ਕਾਫੀ ਸਾਰੇ ਅਵਾਰਡਸ ਮਿਲੇ, ਵੁਮੈਨ ਅਚੀਵਰ ਕੈਨੇਡਾ ਦਾ ਅਵਾਰਡ ਮਿਲਿਆ, ਐਂਡ ਨਾਓ ਰਾਈਟ ਨਾਓ ਮੇਰਾ ਨੋਮੀਨੇਸ਼ਨ ਹੋਈ ਹੈ ਟੋਪ 25 ਇਮੀਗ੍ਰੈਂਟਸ ਇਨ ਕੈਨੇਡਾ ਦੇ ਵਿੱਚ। ਬਟ ਅਗੇਨ, ਦੀ ਮਾਈ ਬਿਗੈਸਟ ਅਵਾਰਡ ਦੈਟ ਆਈ ਫੀਲ ਇਜ਼ ਵੈਨ ਆਈ ਟ੍ਰੀਟ ਸਮਵਨ ਐਂਡ ਦੈਨ ਦੇ ਲਾਈਕ ਇਟ ਐਂਡ ਦੇ ਚੇਂਜ। ਬਹੁਤ ਲੋਕ ਨੇ ਜਿਹੜੇ ਕਦੇ ਕਿਸੇ ਡੈਂਟਿਸਟ ਆਫਿਸ ਨਹੀਂ ਸੀ ਗਏ ਜਾਂ ਇੱਕ ਵਾਰੀ ਗਏ ਸੀ, ਬਹੁਤ ਦਰਦ ਹੋਈ, ਮੁੜ ਕੇ ਨਹੀਂ ਗਏ, ਐਂਡ ਨਾਓ ਦੇਅਰ ਬਿਹੇਵੀਅਰ ਹੈਜ਼ ਬੀਨ ਚੇਂਜਡ, ਆਈ ਹੈਵ ਟੱਚਡ ਦਾ ਲਾਈਫਸ
ਐਂਡ ਦੈਟਸ ਮਾਈ ਬਿਗੇਸਟ ਰਿਵਾਰਡ। ਆਖਿਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਦੇ ਦਰਸ਼ਕਾਂ ਨਾਲ ਤੁਸੀਂ ਕੋਈ ਆਪਣਾ ਮੈਸੇਜ ਜਿਹੜਾ ਉਹ ਸਾਂਝਾ ਕਰਨਾ ਚਾਹੋ ਤੁਸੀਂ ਉਹ ਕਰ ਸਕਦੇ ਹੋ। ਮੇਰਾ ਇੱਕੋ ਹੀ ਮੈਸੇਜ ਹੈ ਜੀ, ਅਸੀਂ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ ਬਹੁਤ ਹਾਰਡਵਰਕ ਕਰਦੀ ਹੈ, ਅਤੇ ਪਲੀਜ਼ ਟੇਕ ਕੇਅਰ ਆਫ ਯੂਅਰ ਹੈਲਥ, ਬਿਕੋਜ਼ ਜਦੋਂ ਮੈਂ ਵੀਲਚੇਅਰ ਦੇ ਉੱਤੇ ਬੈਠੇ ਹੋਏ ਸੀਨੀਅਰ ਕੇਅਰਸ ਦੇ ਵਿੱਚ ਆਪਣੇ ਸੀਨੀਅਰਸ ਨੂੰ ਦੇਖਦੀ ਹਾਂ, ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕੀਤਾ, ਬੜੀ ਕਾਲਨਾ ਕਾ ਲਈ, ਆਪਣੇ ਬੱਚਿਆਂ ਲਈ ਬੜਾ ਕੁਛ ਕੀਤਾ, ਪਰ ਆਪਣੀ ਸਿਹਤ ਨੂੰ ਅੱਖੋਂ ਪਰੋਖੇ ਕੀਤਾ, ਸੋ ਦੈਟ ਹਰਟਸ ਮੀ। ਸੈਕਿੰਡਲੀ, ਜਿਹੜੀਆਂ ਫੀਮੇਲਸ ਹੈਗੀਆਂ ਨੇ, ਸਪੈਸ਼ਲੀ ਇਫ ਯੂ ਵਾਂਟ ਟੂ ਡੂ ਸਮਥਿੰਗ ਐਂਡ ਯੂ ਹੈਵ ਅ ਡ੍ਰੀਮ, ਗੈਟ ਆਊਟ ਦੇਅਰ ਐਂਡ ਦੈਨ ਡੂ ਇਟ। ਜੀ, ਬਹੁਤ ਬਹੁਤ ਧੰਨਵਾਦ ਬਲਬੀਰ ਜੀ। ਇਹ ਸਨ ਬਲਬੀਰ ਸੋਹੀ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਕਿਵੇਂ ਤੁਸੀਂ ਆਪਣੇ ਦੰਦਾਂ ਦੀ ਸੰਭਾਲ ਕਰ ਸਕਦੇ ਹੋ ਅਤੇ ਕਿਵੇਂ ਇਹ ਤੁਹਾਡੇ ਤੱਕ ਪਹੁੰਚਦੇ ਨੇ। ਜੇ ਅਸੀਂ ਬ੍ਰੈਂਪਟਨ, ਮਿਸੀਸਾਗਾ ਆਸੇ ਪਾਸੇ ਦੇ ਖੇਤਰਾਂ ਦੀ ਗੱਲ ਕਰੀਏ, ਤਾਂ ਬਿਲਕੁਲ ਨਵੇਕਲੀ ਸਰਵਿਸ ਇਹਨਾਂ ਨੇ ਸ਼ੁਰੂ ਕੀਤੀ। ਸ਼ੁਰੂ ਦੇ ਵਿੱਚ ਭਾਵੇਂ ਕੁਛ ਅੜਚਣਾਂ ਆਈਆਂ ਜਿਵੇਂ ਇਹਨਾਂ ਨੇ ਦੱਸਿਆ, ਪਰ ਅੱਜ ਲੋਕ ਇਹਨਾਂ ਨੂੰ ਪਛਾਣਦੇ ਨੇ, ਲੋਕ ਇਹਨਾਂ ਨੂੰ ਆਪਣੇ ਕੋਲ ਬੁਲਾਉਂਦੇ ਨੇ, ਆਪਣੇ ਘਰ, ਆਪਣੇ ਕੰਮ 'ਤੇ, ਜਿੱਥੇ ਵੀ ਉਹਨਾਂ ਨੂੰ ਵਕਤ ਮਿਲੇ ਉੱਥੇ ਇਹਨਾਂ ਦੀ ਵੈਨ ਪਹੁੰਚ ਜਾਂਦੀ ਹੈ, ਤੁਹਾਡੇ ਦੰਦਾਂ ਦਾ ਇਲਾਜ ਕਰ ਦਿੰਦੀ ਹੈ। ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਮਹਿਮਾਨ ਦੇ ਨਾਲ। ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।